ਜੰਡ ਤਾਂ ਕਈ ਸੁਣੇ ਹੋਣੇ ਨੇ, ਇੱਕ ਮਿਰਜ਼ੇ ਦਾ ਜੰਡ ਸੁਣਿਆ ਹੋਣਾ, ਇੱਕ ਜੰਡ ਸਾਕਾ ਨਨਕਾਣੇ ਦਾ ਵੀ ਸੁਣਿਆ ਜਿਹਦੇ ਨਾਲ ਇੱਕ ਸਿੰਘ ਨੂੰ ਬੰਨ ਕੇ, ਗ੍ਰੰਥੀ ਸਿੰਘ ਨੂੰ ਬੰਨ ਕੇ ਸਾੜਿਆ ਗਿਆ ਸੀ। ਪਰ ਇੱਕ ਆਹ ਜੰਡ ਵੀ ਹੈ ਜਿਹਦੇ ਨਾਲ ਵਜ਼ੀਦ ਖਾਂ ਨੂੰ ਅਧਮ ਹੋਇਆ ਕਰਕੇ ਲਟਕਾਇਆ ਗਿਆ ਸੀ। ਕਿੱਥੇ ਉਹ ਜੰਡ ਮੌਜੂਦ ਹੈ ਜੀ? ਚੱਲਦਿਆਂ ਔਰ ਸੁਣਦਿਆਂ ਜੰਡ ਦਾ ਇਤਿਹਾਸ, ਜਿਸ ਜੰਡ ਦੇ ਨਾਲ ਵਜ਼ੀਦੇ ਪਾਪੀ ਨੂੰ ਬੰਨ ਕੇ ਅਧਮ ਹੋਇਆ ਉਲਟਾ ਲਟਕਾਇਆ ਗਿਆ ਅਤੇ ਪੂਰੀ ਸਿੱਖ ਕੌਮ ਦੇ ਵਿੱਚ ਲਹਿਰ ਜਾਗੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਦੇ ਵਿੱਚ ਖੁਸ਼ੀ ਦੀ ਲਹਿਰ ਇਸ ਰੁੱਖ ਕਰਕੇ ਬਹੁਤ ਹੋਈ ਸੀ। ਇਹ ਜਿਹੜਾ ਤੁਸੀਂ ਜੰਡ ਦਾ ਰੁੱਖ ਦੇਖ ਰਹੇ ਹੋ ਨਾ ਜੀ, ਇਸ ਰੁੱਖ ਨੇ ਪੂਰੀ ਸਿੱਖ ਕੌਮ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਸੀ। ਹਾਂ, ਇਹ ਉਹੀ ਰੁੱਖ ਹੈ ਜਿਸ ਰੁੱਖ ਦੇ ਨਾਲ ਵਜ਼ੀਦੇ ਪਾਪੀ ਨੂੰ, ਵਜ਼ੀਰ ਖਾਂ ਨੂੰ, ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ, ਜਿਹਦੇ ਕਾਰਨ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਜਿਹਦੇ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਰਸਾ ਨਦੀ ਦੇ ਕੰਢੇ 'ਤੇ ਵਿਛੜ ਗਿਆ, ਸਿੱਖ ਕੌਮ ਦੇ ਉੱਤੇ ਆਫਤਾਂ ਹੀ ਆਫਤਾਂ ਆਈਆਂ, ਉਸ ਪਾਪੀ ਨੂੰ ਇਸ ਰੁੱਖ ਦੇ ਨਾਲ ਬੰਨ ਕੇ ਉਲਟਾ ਲਟਕਾ ਕੇ, ਅੱਧ ਮੋਏ ਨੂੰ ਉਲਟਾ ਲਟਕਾਇਆ ਗਿਆ ਅਤੇ ਸਾਹਮਣੇ ਖਾਲਸਾ ਕੌਮ ਨੇ ਖੜ੍ਹੇ ਹੋ ਕੇ ਜਕਾਰੇ ਛੱਡੇ। ਇਹ ਉਹੀ ਰੁੱਖ ਹੈ। ਕੇਵਲ ਇਸੇ ਰੁੱਖ ਦੀ ਮੈਂ ਗੱਲ ਕਰਾਂਗਾ ਜੀ। ਚੱਲਦੇ ਹਾਂ ਜੀ ਪੰਜਾਬ, ਪੰਜਾਬ ਤੋਂ ਚੰਡੀਗੜ੍ਹ, ਚੰਡੀਗੜ੍ਹ ਦੇ ਨਾਲ ਪੈਂਦਾ ਜੀ ਮੋਹਾਲੀ ਦੇ ਨਾਲ ਖਰੜ ਤੋਂ 5-7 ਕਿਲੋਮੀਟਰ ਅੱਗੇ ਚੱਲਦਿਆਂ ਹੋਇਆਂ ਇੱਕ ਪਿੰਡ ਆਉਂਦਾ ਜੀ ਖੂਨੀ ਮਾਜਰਾ। ਉਹਦੀ ਦੀਵਾਰ ਦੇ ਨਾਲ ਮੁੜਦਿਆਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਥੋੜ੍ਹੀ ਅੱਗੇ ਜਾ ਕੇ ਇਹ ਜਿਹੜਾ ਰੋਡ ਹੈ ਖਰੜ ਤੋਂ ਲਾਂਡਰਾਂ ਨੂੰ ਜਾਂਦੇ ਹੋਏ ਚੌਂਕ, ਚੌਂਕ ਦੇ ਨਾਲ ਹੀ ਮੁੜਦਿਆਂ ਅੱਗੇ 500-700 ਮੀਟਰ ਦੇ ਉੱਤੇ ਇਹ ਸਕੂਲ ਆਉਂਦਾ ਜੀ ਗੁਰੂ ਨਾਨਕ ਫਾਊਂਡੇਸ਼ਨ। ਇਸ ਸਕੂਲ ਦੀ ਹਦੂਦ ਦੇ ਅੰਦਰ ਅਸੀਂ ਇੱਕ ਰੁੱਖ ਵਿਖਾਵਾਂਗੇ। ਸਕੂਲ ਤੋਂ ਚੱਲਦਿਆਂ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਜਿੱਥੇ ਚੱਪੜ ਚਿੜੀ ਦੀ ਜੰਗ ਹੋਈ, ਚੱਪੜ ਚਿੜੀ ਦਾ ਯੁੱਧ ਹੋਇਆ, ਉਹਦੀ ਯਾਦ ਵਿੱਚ ਫਤਿਹ ਬੁਰਜ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਵੀ ਬਣਿਆ ਹੋਣਾ। ਇਹਦੇ ਬਿਲਕੁਲ ਨੇੜੇ ਗੁਰਦੁਆਰਾ ਸਾਹਿਬ ਹੈ। ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ, ਇਹ ਤੋਂ ਥੋੜ੍ਹੀ ਜਿਹੀ ਨਾਲ ਰੁੱਖ ਦੇ ਬਿਲਕੁਲ ਨੇੜੇ ਛੋਟਾ ਕਮਰਾ ਹੁੰਦਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਬਾਅਦ ਵਿੱਚ ਇਹ ਗੁਰਦੁਆਰਾ ਸਾਹਿਬ ਵੱਡਾ ਬਣਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧ ਹੈ। ਸਕੂਲ ਦੀ ਹਦੂਦ ਦੇ ਅੰਦਰ ਇਹ ਜਿਹੜਾ ਰੁੱਖ ਦੇਖ ਰਹੇ ਹੋ ਨਾ ਜੰਡ ਦਾ, ਜਿੱਥੇ ਅੱਜ ਲੋਕ ਮਨ ਮਤ ਦੇ ਨਾਲ, ਆਪਣੀ ਮਤ ਦੇ ਨਾਲ, ਕੋਈ ਇੱਥੇ ਦੀਵੇ ਜਗਾ ਕੇ ਚਲਿਆ ਜਾਂਦਾ, ਕੋਈ ਇੱਥੇ ਲਾਲ ਕੱਪੜਾ ਬੰਨ ਕੇ ਚਲਿਆ ਜਾਂਦਾ, ਕੋਈ ਇੱਥੇ ਸੰਧੂਰ ਲਗਾ ਕੇ ਚਲਿਆ ਜਾਂਦਾ, ਆਪੋ ਆਪਣੀ ਮਨੌਤ ਕਰਦੇ ਨੇ। ਪਰ ਜੇ ਇਤਿਹਾਸ ਦੇ ਪੰਨਿਆਂ ਨੂੰ ਫਰੋਲਿਆ ਜਾਵੇ, ਇੱਥੇ ਬਜ਼ੁਰਗਾਂ ਤੋਂ ਸੁਣਿਆ ਜਾਵੇ ਤਾਂ ਦੱਸਦੇ ਆਉਂਦੇ ਨੇ ਕਿ ਇਹੀ ਰੁੱਖ ਹੈ ਜਦੋਂ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਸਿੰਘਾਂ ਨੇ ਵਜ਼ੀਦ ਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਅੱਧ ਮੋਏ ਨੂੰ ਇਸ ਰੁੱਖ ਦੇ ਨਾਲ ਲਟਕਾ ਕੇ, ਜੰਡ ਦੇ ਨਾਲ ਲਗਾ ਕੇ ਜਕਾਰੇ ਗਜਾਏ। ਅਤੇ ਜਦੋਂ ਵਜ਼ੀਦ ਖਾਂ ਨੇ ਭਾਈ ਬਾਜ ਸਿੰਘ ਦੇ ਨਾਲ ਯੁੱਧ ਲੜਿਆ, ਬਾਅਦ ਵਿੱਚ ਬੰਦਾ ਸਿੰਘ ਬਹਾਦਰ ਦੇ ਪਿੱਠ 'ਤੇ ਵਾਰ ਵੀ ਕਰਨੇ ਚਾਹੇ, ਅਤੇ ਉਦੋਂ ਸਰਹੰਦ ਦੀਆਂ ਨੀਹਾਂ ਵਿੱਚ ਖੜ੍ਹੇ ਹੋ ਕੇ ਸਾਹਿਬਜ਼ਾਦਿਆਂ ਨੇ ਇੱਕ ਗੱਲ ਕਹੀ ਸੀ, ਵਜ਼ੀਦ ਖਾਂ ਅਸੀਂ ਤਾਂ ਗੁਰੂ ਦੇ ਸਿੰਘ ਸ਼ਹੀਦ ਹੋਣ ਲੱਗਿਆਂ, ਪਰ ਇੱਕ ਗੱਲ ਯਾਦ ਰੱਖੀ, ਅਸੀਂ ਮੁੜ ਕੇ ਆਵਾਂਗੇ, ਮੁੜ ਕੇ ਆਵਾਂਗੇ, ਤੇਰੇ ਸਾਹਮਣੇ ਖੜ੍ਹੇ ਹੋਵਾਂਗੇ। ਫਤਿਹ ਸਿੰਘ ਨੇ ਕਿਹਾ ਸੀ, ਅੱਜ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਹੋਏ ਬਾਬਾ ਫਤਿਹ ਸਿੰਘ ਜੀ ਨੇ ਹੀ ਵਜ਼ੀਦ ਖਾਂ ਦੇ ਐਸਾ ਵਾਰ ਕੀਤਾ ਕਿ ਉਹਦੀ ਜਿੱਦਾਂ ਜਨੇਊ ਪਾਈ ਦਾ ਇੱਦਾਂ ਸ੍ਰੀ ਸਾਹਿਬ ਨਾਲ ਮਾਰ ਕੇ ਉਹਦੇ ਸਰੀਰ ਨੂੰ 2 ਟੋਟਿਆਂ 'ਚੋਂ ਪਾੜ ਕੇ ਰੱਖ ਦਿੱਤਾ। ਬਾਅਦ ਵਿੱਚ ਇਸ ਰੁੱਖ ਦੇ ਨਾਲ ਉਹਦੀ ਲਾਸ਼ ਨੂੰ
ਅੱਧ ਮੋਈ ਸਰੀਰ ਨੂੰ ਲਟਕਾਇਆ ਗਿਆ। ਇਦੋਂ ਬਾਅਦ ਕੁਝ ਦੇਰ ਬਾਅਦ ਫਿਰ ਸਾਰੇ ਸਿੰਘਾਂ ਨੇ ਜਕਾਰੇ ਗਜਾਏ ਔਰ ਪੂਰੀ ਭਾਰਤ ਵਿੱਚ, ਪੂਰੀ ਸਿੱਖ ਕੌਮ ਦੇ ਵਿੱਚ ਖੁਸ਼ੀ ਦੀ ਲਹਿਰ ਉੱਠ ਖੜੀ। ਸੁਹਾਗੇ ਦੇ ਮਗਰ ਬੰਨ ਕੇ ਉਸ ਨੂੰ ਸਰਹੰਦ ਦੀਆਂ ਗਲੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ। ਜੇ ਤੁਸੀਂ ਆਉਣਾ ਹੋਵੇ ਤਾਂ ਚੰਡੀਗੜ੍ਹ ਖਰੜ ਲਾਂਡਰਾਂ ਰੋਡ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਚੱਪੜਚਿੜੀ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ। ਗੁਰਦੁਆਰਾ ਸਾਹਿਬ ਦੇ ਨਾਲ ਹੀ ਸਕੂਲ ਹੈ, ਸਕੂਲ ਦੇ ਵਿੱਚ ਇਹ ਜੰਡ ਮੌਜੂਦ ਹੈ ਔਰ ਇਹਦੀ ਲੋਕੇਸ਼ਨ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤੀ ਜਾਏਗੀ। ਹੋਰ ਵੀ ਜੇ ਤੁਸੀਂ ਇੱਦਾਂ ਦੀਆਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਖੋਜ ਵਿਚਾਰ ਫੇਸਬੁੱਕ ਦੇ ਉੱਤੇ, ਖੋਜ ਵਿਚਾਰ ਯੂਟਿਊਬ ਦੇ ਉੱਤੇ, ਵਿਰਾਸਤ ਏ ਮਾਰਗ ਦੇ ਉੱਤੇ ਆਪ ਜੀ ਜਾ ਕਰਕੇ ਹੋਰ ਵੀ ਵੀਡੀਓ ਵੇਖ ਸਕਦੇ ਹੋ ਜੀ। ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।